सब्सक्राइब करें हमारे चैनल को और बेल आइकन को क्लिक करना ना भूलें ताकि आप देख सकें हमारी नई नई वीडियोस। चलो आज मैं बड़े दिनों तो कह रहा कि मेरा पटाका पैना थोड़ा प्यो तैयार है हुण मरन नू जिहदे बंटियां च दम हैगा जूस हैगा मैं कल्ला हुन्ना मैं बहुत दिन तो कंट्रोल कर रहा सी मैं ना बोलां पर अज कांग्रेसियां ने अपनी औकात दिखाती। मैं बहुत इज्जत करदा सी अज मेरे फादर साहब नू घेर के इहनां ने गालां कढ़ियां मेरे ते हथ चुकिया पारी मेरे पापा दे हाथ चुकिया जिहड़ा मैं बर्दाश्त नहीं करांगा। एक इत्थे रामपाल हैगा जिहनू महल्ले च की पैं करदे नहीं मूँह ला के खुश रामपाल उहदी फोटो फोटो दिखाओ कढ़ के जे कोई हैगा रामपाल इहदे शहर च पूरा जलूस कढ़ीए। रामपाल बहुत इज्जत करदा सी मैं इहनां दी मैं शिवपुरी इलाके दा रहिण वाला मैं अज जिंदगी च पहली वार दस्सण लगा मेरे डैडी इलैक्शनां च खड़े सीगे मेरे घर कलेश चलिया सी मैं पोलिटिक्स च नहीं आया। इहनां हरामदिआं नूं शर्म नहीं आई कि एक मुंडे ने अपने प्यो दा पोलिटिक्स दे विच साथ नहीं दित्ता अज उहनूं मिलिआ की मिलिआ तमाशा थप्पड़ आ कपड़े पाड़े इहनां ने कपड़े पाड़ के अज अनमोल कवात्रा इत्थों हिलूगा नहीं जिन्ने मैनूं प्यार करन मैनूं तां छड्डो पैजो मैनूं की प्यार करना इंसानियत नूं प्यार करन। शिवपुरी इलाका अमर स्वीट्स दे कोल मैं बैठा रोड ते जदों तक इह बंदे अंदर नहीं हुंदे ਸਾਰਿਆਂ ਦੇ ਸਾਹਮਣੇ ਇਹਨਾਂ ਨੇ ਕੁੱਟਿਆ ਨਹੀਂ ਹੈ ਕਹਿੰਦੇ ਅਨਮੋਲ ਦੋ ਨੰਬਰ ਦੀ ਕਮਾਈ ਕਰਦਾ ਕਿਹੜਾ ਹਰਾਮ ਦਾ ਸਾਬਤ ਕਰ ਦੇਵੇ ਦੋ ਨੰਬਰ ਦੀ ਕਮਾਈ ਮੇਰੀ ਸਾਰੀ ਜ਼ਿੰਦਗੀ ਲਈ ਹੁਣੀ ਫਾਂਸੀ ਚੜੂੰਗਾ ਜੇ ਸਾਬਤ ਨਾ ਕਰ ਪਾਏ ਤਾਂ ਇੱਥੇ ਮੈਨੂੰ ਮਿਲਣਾ ਫੋਟੋ ਦਿਖਾਈ ਰਾਮਪਾਲ ਦੀ। ਇਹ ਆ ਰਾਮਪਾਲ ਆਪਣੇ ਆਪ ਨੂੰ ਸਮਝਦਾ ਦੋ ਟਕੇ ਦਾ ਬੰਦੇ ਦੀ ਨਾ ਸ਼ਕਲ ਨਾ ਅਕਲ ਕਹਿੰਦਾ ਜੀ ਅਨਮੋਲ 17,000 ਦੀ ਜੈਕਟ ਬੰਦਾ ਤੇਰੇ ਪਿਓ ਕੋਲ ਲੈ ਕੇ ਬੰਨਾ ਸਾਲਿਆ ਔਕਾਤ ਹੈ ਤਾਂ ਬੰਨਾ ਤੇਰਾ ਬੁੜਾ ਤੀਜੀ ਕਲਾਸ ਦੇ ਵਿੱਚ 7.5 ਲੱਖ ਰੁਪਏ ਲਾ ਕੇ ਸਿੰਗਾਪੁਰ ਘੁੰਮ ਕੇ ਆਇਆ ਸੀ ਸਾਲਿਆ ਅੱਜ ਮੈਂ ਬਾਈਆਂ ਦਾ ਤੂੰ ਮੈਨੂੰ ਸੋਚਦਾ ਟੁੱਚ ਮੈਂ ਟੁੱਚ ਹੀ ਹਾਂ ਮੈਨੂੰ ਪਤਾ ਸੀ ਗੈਂਡ 'ਚ ਜੁੱਤੀਆਂ ਅੱਜ ਮੈਂ ਮਰਨ ਲਈ ਵੀ ਤਿਆਰ ਹਾਂ ਸਾਰੇ ਲੋਕ ਖੜੇ ਤਮਾਸ਼ਾ ਦੇਖਣ ਵਾਲੇ ਔਰ ਇਹ ਸ਼ਿਵਪੁਰੀ ਇਲਾਕਾ ਲੁਧਿਆਣੇ ਦੇ ਵਿੱਚ ਮੈਂ ਬੈਠਾ ਉਦੋਂ ਤੱਕ ਜਦੋਂ ਤੱਕ ਇਹਨਾਂ ਦਾ ਕੋਈ ਹੱਲ ਨਹੀਂ ਹੁੰਦਾ ਵੋਟਾਂ ਹੋ ਗਈਆਂ ਜਿਹੜਾ ਮਰਜ਼ੀ ਜਿੱਤੇ ਜਿਹੜਾ ਮਰਜ਼ੀ ਆ ਰਹੇ ਮੈਂ ਨਾ ਸਪੋਰਟ ਕੀਤੀ ਕਿਸੇ ਨੂੰ ਔਰ ਅੱਜ ਕਰੂੰਗਾ ਅੱਜ ਬੈਂਸ ਸਾਹਿਬ ਵੀ ਇੱਥੇ ਆਉਣਗੇ ਹੋਰ ਜਿਹੜੇ MLA MP ਹੈਗੇ ਉੱਥੇ ਆਉਣਗੇ ਅਮਰ ਸਵੀਟਸ ਦੇ ਕੋਲ ਜੇ ਆਪਣੀ ਮਾਂ ਦਾ ਦੁੱਧ ਪੀਤਾ ਸੱਚਾ ਤਾਂ ਅੱਜ ਆ ਜਾਈਓ ਇੱਥੇ ਅਤੇ ਫੈਸਲਾ ਲੈ ਲਈਓ ਕਿ ਆਹ ਸੱਚੇ ਬੰਦੇ ਦੀ ਆਹ ਹਾਲਤ ਹੈ। ਬਹੁਤ ਦਿਨ ਤੋਂ ਮੈਂ ਕੰਟਰੋਲ ਕਰ ਰਿਹਾ ਸੀ ਕਿ ਮੈਂ ਨਾ ਬੋਲਾਂ ਪਰ ਜਿਹੜਾ ਇੱਥੇ ਦਾ ਕੌਂਸਲਰ ਆ ਲੜਾਈ ਪਤਾ ਕਿਹੜੀ ਹੁੰਦੀ ਹੈ ਜਨਤਾ ਨੂੰ ਜਿੱਤਣ ਦੀ ਮੈਂ ਮਜਬੂਰ ਹੋ ਰਿਹਾ ਪੋਲੀਟਿਕਸ ਆਉਣ ਤੋਂ ਹੁਣ ਤਾਂ ਹੁਣ ਆਊਗਾ ਤੁਹਾਡਾ ਪਿਓ ਸ਼ਿਵਪੁਰੀ ਇਲਾਕਾ ਆਪਣੀ ਬਰਾਦਰੀ ਜੇ ਮੈਂ ਗੱਲ ਕਰਾਂ ਸਾਲਿਓ ਤੁਹਾਡੀ ਜ਼ਿੰਦਗੀ 'ਚ ਕੋਈ ਕੁਛ ਨਹੀਂ ਬਣ ਸਕਦਾ ਇਸ ਬੰਦੇ ਨੇ ਆਪਣਾ ਘਰ ਤਬਾਹ ਕਰ ਲਿਆ ਕੰਮ ਜ਼ੀਰੋ ਕਰ ਲਿਆ ਕਿਸੇ ਕੋਲ ਕੁਛ ਖਾਧਾ ਮੈਨੂੰ ਆ ਕੇ ਦੱਸੋ ਸਾਲਿਓ ਤੁਹਾਡੇ ਕੋਲ ਕੁਛ ਖਾਧਾ ਕਿਸੇ ਨੇ ਕੋਲੋਂ ਲਾ ਕੇ ਲਾਇਆ ਜਿੱਦਾਂ ਮੈਂ ਕਿਹਾ ਮੇਰੀ ਗੱਲਾਂ ਦਾ ਜਵਾਬ ਹੋਇਆ ਇੱਥੇ ਆ ਜਿਓ ਸ਼ਿਵਪੁਰੀ ਇਲਾਕਾ ਲੁਧਿਆਣੇ ਅਮਰ ਸਵੀਟਸ ਦੇ ਕੋਲ ਮੈਂ ਬੈਠਾ ਇਸ ਟਾਈਮ ਅੱਜ ਵੋਟਾਂ ਦਾ ਦਿਨ ਹੈ ਮੈਂ ਉਦੋਂ ਤੱਕ ਹਿੱਲੂਗਾ ਨਹੀਂ ਜਦੋਂ ਤੱਕ ਇਹਨਾਂ 'ਤੇ ਕਾਰਵਾਈ ਨਹੀਂ ਹੁੰਦੀ ਸਾਰੇ ਆ ਜਾਓ ਬਲਾ ਯਾਰ ਆ ਜਾਓ ਸਾਹਮਣੇ ਰੂੰਗਾ ਯਾਰ ਅੱਜ ਤਾਂ ਸ਼ੁਰੂ ਹੋਇਆ ਪਾ ਯਾਰ ਲਾਈਵ ਸਾਰੇ ਪੇਜਾਂ ਤੇ ਲਾਈਵ ਹੀ ਹੈ ਸਾਰੇ ਮਰੋ ਭੈਣ ਮੇਰੀ ਨਾਈਟ ਡਿਊਟੀ ਹੁੰਦੀ ਸੀ ਮੈਂ ਸਾਰੀ ਰਾਤ ਨਾ ਚਲੋ ਵਿੱਚੋਂ ਟਾਈਮ ਕੱਢ ਕੇ ਤੇ ਭਾਈ ਉਹਨਾਂ ਦੀ ਵੀਡੀਓ ਦੇਖ ਲਾਂਦਾ ਸੀ ਮੈਂ ਇਹ ਗੱਲ ਕਹਿ ਦਿੰਦਾ ਮੈਂ ਕਦੇ ਝੁਕਾਉਂਗਾ ਨਹੀਂ ਸਾਰੀ ਜ਼ਿੰਦਗੀ ਜਦੋਂ ਤੱਕ ਭਾਜੀ ਤਾੜੀ ਮਾਰ ਦੋ ਭਾਈ ਮੈਂ ਇਹ ਨਹੀਂ ਕਹਿੰਦਾ ਮੈਂ ਕਿਸੇ ਸਿੰਗਰ ਦਾ ਫੈਨ ਨਹੀਂ ਮੈਂ ਭਾਈ ਦਾ ਫੈਨ ਮੈਂ ਪਹਿਲਾਂ ਵੀ ਕਿਹਾ ਸੀ ਤੇ ਅੱਜ ਵੀ ਕਹਿ ਕੇ ਚੱਲੇ ਭਾਜੀ ਦਾ ਫੈਨ ਤੁਹਾਨੂੰ ਬੱਚਿਆਂ ਨੂੰ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਮੇਰੀ ਨਾਈਟ ਡਿਊਟੀ ਹੁੰਦੀ ਸੀ ਮੈਂ ਸਾਰੀ ਰਾਤ ਨਾ ਚਲੋ ਵਿੱਚੋਂ ਟਾਈਮ ਕੱਢ ਕੇ ਤੇ ਭਾਜੀ ਉਹਨਾਂ ਦੀ ਵੀਡੀਓ ਦੇਖ ਲਾਂਦਾ ਸੀ ਮੈਂ ਇਹ ਗੱਲ ਕਹਿ ਦਿੰਦਾ ਮੈਂ ਕਦੇ ਝੁਕਾਉਂਗਾ ਨਹੀਂ ਸਾਰੀ ਜ਼ਿੰਦਗੀ ਜਦੋਂ ਤੱਕ ਭਾਜੀ ਤਾੜੀ ਮਾਰ ਦੋ ਭਾਈ ਮੈਂ ਇਹ ਨਹੀਂ ਕਹਿੰਦਾ ਮੈਂ ਕਿਸੇ ਸਿੰਗਰ ਦਾ ਫੈਨ ਨਹੀਂ ਮੈਂ ਭਾਈ ਦਾ ਫੈਨ ਮੈਂ ਪਹਿਲਾਂ ਵੀ ਕਿਹਾ ਸੀ ਤੇ ਅੱਜ ਵੀ ਕਹਿ ਕੇ ਚੱਲੇ ਭਾਜੀ ਦਾ ਫੈਨ